दोस्तों मैं अमनदीप सिंह बोल रहा हूँ। इस वक्त मैं लुधियाने आए हुए हैं ते 12 जज ते 6:15 बज चुके हैं ते मेरे नाल जुड़ चुके हैं गुरसेवक सिंह। जे आप तुहानू दसंगे कि इन्हां दे घर आए हैं वीज़ा स्पाउस वीज़ा इंटरव्यू, तो आओ पता करते हैं इन्हां दी ताज़ी ताज़ी जो मैमरी तो पता करते हैं कि भी किवें होया, किस तरह होया इंटरव्यू, किस तरह गया, की कुछ पूछा गया इन्हां नूं, डिटेल है जिस जिहनूं लैके अगले नूं जिहड़ा होर ਜਿਹੜੇ ਜਿਨ੍ਹਾਂ ਦੀ ਲਾਈਨ 'ਤੇ ਖੜ੍ਹੇ ਆ ਜਿਹੜੇ ਜਿਨ੍ਹਾਂ ਦੇ ਵੀਜ਼ਾ ਇੰਟਰਵਿਊ ਦੇਣਾ ਉਹ ਵੀ ਕੁਛ ਸਿੱਖ ਸਕਦੇ ਆ। ਗੁਰਸੇਵਕ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੱਸੋ ਜੀ ਕਿਸ ਤਰ੍ਹਾਂ ਹੋਇਆ ਇੰਟਰਵਿਊ? ਇੰਟਰਵਿਊ ਤਾਂ ਤੁਹਾਡਾ ਮੇਰੇ ਖਿਆਲ 2 ਦਿਨ ਪਹਿਲਾਂ ਹੋਇਆ ਸੀ ਅਤੇ ਮੈਨੂੰ ਖਬਰ ਮਿਲੀ ਕਿ ਇੰਟਰਵਿਊ ਦੇ ਉਸੇ ਟਾਈਮ ਹੀ ਆਫਟਰ 2-3 ਆਵਰਸ ਹੀ ਤੁਹਾਨੂੰ ਪਾਸਪੋਰਟ ਰਿਕੁਐਸਟ ਆ ਗਈ? ਨਹੀਂ ਸਰ, 10-15 ਮਿੰਟਾਂ ਬਾਅਦ ਹੀ ਆ ਗਈ ਜੀ। ਅੱਛਾ, 10-15 ਮਿੰਟ, ਮੈਂ ਸੁਣਿਆ 2 ਘੰਟੇ ਬਾਅਦ ਦਾ। ਦੱਸ, ਇੰਟਰਵਿਊ ਹੋਇਆ, ਇੰਟਰਵਿਊ ਤੋਂ ਤੁਸੀਂ ਬਾਹਰ ਨਿਕਲੇ, 15 ਮਿੰਟ ਬਾਅਦ ਹੀ ਪਾਸਪੋਰਟ ਰਿਕੁਐਸਟ ਆ ਗਈ? ਹਾਂਜੀ। ਅੱਛਾ, ਇੰਟਰਵਿਊ ਦਾ ਪਰਪਸ ਕੀ ਸੀ? ਤੁਹਾਨੂੰ ਬੁਲਾਇਆ ਕਿਉਂ ਸੀ? ਸਪਾਊਸ ਵੀਜ਼ਾ ਤੁਹਾਡੇ ਵਾਈਫ ਨੇ ਤੁਹਾਡੇ ਲਈ ਫਾਈਲ ਕੀਤਾ ਸੀ, ਤੁਸੀਂ ਪਹਿਲਾਂ ਵੀ ਰਿਜੈਕਟ ਹੋ ਗਏ ਸੀ 1-2 ਵਾਰ ਜਾਂ ਨਹੀਂ? ਸਰ, ਮੈਂ 3 ਵਾਰ ਰਿਜੈਕਟ ਸੀਗਾ ਜੀ ਪਹਿਲਾਂ। ਫੋਰ ਕੈਨੇਡਾ? ਹਾਂਜੀ, ਫੋਰ ਕੈਨੇਡਾ। ਫੋਰ ਕੈਨੇਡਾ, ਅਤੇ ਉਹ ਵੀ ਸਪਾਊਸ ਵੀਜ਼ਾ? ਨਹੀਂ ਨਹੀਂ ਸਰ, 2 ਵਾਰ ਤਾਂ ਵਿਜ਼ਿਟਰ ਸੀਗਾ ਜੀ, 1 ਵਾਰ ਵਰਕ ਵੀਜ਼ਾ ਸੀਗਾ LMI ਵਾਲਾ ਜੀ। ਅੱਛਾ ਅੱਛਾ ਅੱਛਾ, ਠੀਕ ਹੈ ਠੀਕ ਹੈ। ਸੋ ਫਿਰ ਕੀ ਕੁਛ ਪੁੱਛਿਆ ਉਹਨਾਂ ਨੇ ਤੁਹਾਨੂੰ, ਕਿਵੇਂ ਇਸਤੇਮਾਲ ਕੀਤਾ ਉਹਨਾਂ ਨੇ ਤੁਹਾਨੂੰ, ਵੀਜ਼ਾ ਅਫਸਰ ਨੇ ਕਿਸ ਤਰ੍ਹਾਂ ਤੁਹਾਨੂੰ ਟ੍ਰੀਟਮੈਂਟ ਕਿਸ ਤਰ੍ਹਾਂ ਹੋਈ ਹੈ? ਸਰ, ਪਹਿਲਾਂ ਤਾਂ ਮੇਰੇ ਨਾਲ ਇੰਟਰਪ੍ਰੇਟਰ ਗਏ ਸੀਗੇ ਜੀ। ਹਾਂ, ਤੇ ਵੇਟਿੰਗ ਹਾਲ ਦੇ ਵਿੱਚ ਤਾਂ 1.5 ਘੰਟਾ ਬੈਠਣਾ ਪਿਆ ਸਾਨੂੰ, ਕਿਉਂਕਿ 1 ਕੈਬਿਨ ਦੇ ਵਿੱਚ 1 ਹੀ ਮੈਡਮ ਲੈ ਰਹੀ ਸੀਗੇ ਇੰਟਰਵਿਊ। ਤੇ 1/2 ਘੰਟੇ ਬਾਅਦ ਆਪਣੀ ਵਾਰੀ ਆਈ ਜੀ, ਉਹਨਾਂ ਨੇ ਇੰਟਰਪ੍ਰੇਟਰ ਨੂੰ ਬਾਹਰ ਭੇਜਤਾ, ਕਹਿੰਦੇ ਵੀ ਤੁਸੀਂ ਪੰਜਾਬੀ ਦੇਣਾ ਚਾਹੋਗੇ? ਮੈਂ ਕਿਹਾ ਹਾਂਜੀ। ਤੇ ਉਹਨਾਂ ਨੇ ਪਹਿਲਾਂ ਤਾਂ ਜੀ 1/2 ਘੰਟਾ ਇੰਟਰਵਿਊ ਚੱਲੀ ਸੀਗੀ। ਪਹਿਲਾਂ ਤਾਂ ਇਹ ਪੁੱਛਿਆ ਵੀ ਤੇਰੀ ਫੈਮਿਲੀ 'ਚ ਕੌਣ ਕੌਣ ਆ, ਅਤੇ ਮੈਂ ਦੱਸਤਾ ਓਕੇ, ਐਂ ਦੱਸੋ ਵੀ ਤੁਹਾਡੀ ਵਾਈਫ ਤੋਂ ਇਲਾਵਾ ਕੈਨੇਡਾ 'ਚ ਕੌਣ ਆ? ਮੈਂ ਕਿਹਾ ਵੀ ਮੇਰੀ ਵਾਈਫ ਆ, ਉਹ ਮੇਰੇ ਰਿਲੇਟਿਵਸ ਕੋਲ ਰਹਿੰਦੀ ਆ, ਨਾਮ ਲੈਤਾ ਉਹਨਾਂ ਦਾ, ਅਤੇ ਮੇਰੇ ਪੇਰੈਂਟਸ ਨੇ ਅਤੇ ਮੇਰੀਆਂ ਭੈਣਾਂ ਨੇ। ਓਕੇ, ਨਹੀਂ ਦੁਬਾਰਾ ਦੱਸ। ਮੈਂ ਦੁਬਾਰਾ ਵੀ ਸੇਮ ਦੱਸਿਆ ਜੀ, ਉਹ ਮੈਨੂੰ ਭਾਅ ਜੀ ਗਏ ਪਏਗੀ। ਉਹ ਕਹਿੰਦੀ ਤੂੰ ਪਹਿਲਾਂ ਤਾਂ ਕੁਛ ਹੋਰ ਕਿਹਾ ਸੀ? ਮੈਂ ਤਾਂ ਇਹੀ ਕਿਹਾ ਸੀਗਾ, ਮੈਂ ਦੁਬਾਰਾ ਫਿਰ ਕਿਹਾ ਜੀ ਇੱਦਾਂ ਦਾ ਗੱਲ। ਅੱਛਾ, ਉਹ ਕਹਿੰਦੀ ਵੀ ਤੇਰੇ ਘਰ ਦੇ ਪੇਰੈਂਟਸ ਵੀ ਇੱਥੇ ਰਹਿੰਦੇ ਆ? ਮੈਂ ਕਿਹਾ ਹਾਂਜੀ। ਜਿਹੜੀ ਚੀਜ਼ ਮੈਂ ਲੁਕਾਉਣਾ ਚਾਹੁੰਦਾ ਸੀਗਾ ਜੀ, ਵੀ ਨਾ ਜ਼ਿਆਦਾ ਸ਼ੋਅ ਹੋਵੇ ਲੁਕਾਉਣੀ ਤਾਂ ਆਪਾਂ ਕਿਉਂ ਸੀ, ਵੀ ਜ਼ਿਆਦਾ ਸ਼ੋਅ ਨਾ ਹੋਵੇ ਦੈਨ ਓਕੇ। ਕਹਿੰਦੇ ਵੀ ਫਿਰ ਤੇਰੀਆਂ ਭੈਣਾਂ ਕਿੱਥੇ ਰਹਿੰਦੀਆਂ? ਮੈਂ ਕਿਹਾ ਜੀ ਇੱਥੇ ਰਹਿੰਦੇ ਕੈਨੇਡਾ ਜੀ ਨੇ, ਅਤੇ ਮੈਂ ਐਡਰੈਸ ਦੱਸਿਆ, ਅਤੇ ਫਿਰ ਉਹ ਕਹਿੰਦੇ ਵੀ ਓਕੇ, ਅਤੇ ਤੂੰ ਫਿਰ ਗਿਲਾ ਓਕੇ। ਫਿਰ ਉਹ ਨੈਕਸਟ ਫਿਰ ਟਾਈਪ ਕਰਨ ਲੱਗੇ, ਟਾਈਪ ਕਰਨ ਤੋਂ ਬਾਅਦ ਓਕੇ ਤੁਹਾਡੀ ਵਾਈਫ ਕੀ ਕਰਦੇ ਆ? ਮੈਂ ਕਿਹਾ ਜੀ ਜੋ ਵੀ ਹੈ ਨਾ ਸਟੱਡੀ ਵਗੈਰਾ ਸਾਰੀ ਦੱਸੀ, ਅਤੇ ਉਹ ਕੰਮ ਜਦੋਂ ਉਹਨਾਂ ਨੇ ਪੁੱਛਿਆ ਹੁਣ ਕੀ ਕਰਦੇ ਪ੍ਰੋਪਰ, ਮੈਂ ਦੱਸਿਆ ਜੀ ਵੀ ਇਹ ਜੋਬ ਕਰਦੇ ਆ ਓਕੇ, ਪ੍ਰੋਪਰ ਦੱਸਿਆ ਓਕੇ। ਫਿਰ ਉਹ ਫਸਟ ਟਾਈਮ ਕੈਨੇਡਾ ਕਦੋਂ ਆਏ? ਉਹ ਮੈਂ ਦੱਸਤਾ ਜੀ ਕੈਨੇਡਾ ਆਉਣ ਤੋਂ ਬਾਅਦ ਜੀ। ਉਹ ਕਹਿੰਦੇ ਵੀ ਤੁਹਾਡਾ ਰਿਸ਼ਤਾ ਕਿਵੇਂ ਹੋਇਆ? ਮੈਂ ਕਿਹਾ ਜੀ ਰਿਸ਼ਤਾ ਮੇਰਾ ਅਰੇਂਜ ਮੈਰਿਜ ਸੀਗੀ, 2018 ਤੋਂ ਗੱਲ ਚੱਲਦੀ ਹੈ, ਇੱਦਾਂ ਕਰਕੇ ਤੁਹਾਡੇ 'ਚ ਕੰਪੈਟੀਬਿਲਿਟੀ ਕੀ ਹੈ, ਤੁਸੀਂ ਰਿਸ਼ਤੇ ਨੂੰ ਕਿਉਂ ਹਾਂ ਕੀਤੀ? ਮੈਂ ਕਿਹਾ ਜੀ ਸਾਡੀ ਜਿਹੜੀ ਹਾਈਟ ਆ, ਹਾਈਟ ਬਹੁਤ ਮੈਚ ਕਰਦੀ ਆ। ਓਕੇ, ਫਿਰ ਉਹ ਕਹਿੰਦੀ ਵੀ ਹਾਈਟ ਕੀ ਆ ਤੁਹਾਡੀ ਵਾਈਫ ਦੀ? ਮੈਂ ਕਿਹਾ ਵੀ ਹਾਈਟ ਤਾਂ ਹੈਗੀ ਆ ਜੀ ਉਹਨਾਂ ਦੀ 5'10". ਓਕੇ, ਤੁਹਾਡੀ ਕਿੰਨੀ ਆ? 6'4". ਉਹ ਕਹਿੰਦੀ 5'10". ਮੈਂ ਕਿਹਾ ਜੀ ਹਾਂਜੀ। ਉਹ ਥੋੜ੍ਹਾ ਜਿਹਾ ਮੈਨੂੰ ਲੱਗਿਆ ਵੀ ਪੋਜ਼ਿਟਿਵ ਗੱਲ ਟਿਕਾਣੀ ਪੈ ਗਈ। ਓਕੇ, ਫਿਰ ਤੁਹਾਡੀਆਂ ਭੈਣਾਂ ਵੀ ਲੰਬੀਆਂ ਹੋਣਗੀਆਂ? ਮੈਂ ਕਿਹਾ ਨਹੀਂ, ਭੈਣਾਂ ਤਾਂ ਨਹੀਂ ਲੰਬੀਆਂ ਹੈਗੀਆਂ ਜੀ। ਅਤੇ ਦੈਨ ਕਹਿੰਦੇ ਓਕੇ, ਫਿਰ ਅਗਲੀ ਗੱਲ ਸਟਾਰਟ ਕਰ ਲਈ, ਕਹਿੰਦੇ ਵੀ ਤੁਹਾਡੀ ਵਾਈਫ ਦੱਸੋ ਉਹਦੀਆਂ ਕੀ ਡਿਊਟੀਜ਼ ਨੇ, ਵੀ ਜੋਬ ਦੇ ਉੱਤੇ ਕੀ ਕਰਦੇ ਆ? ਮੈਂ ਫਿਰ ਡਿਊਟੀਜ਼ ਦੱਸੀਆਂ ਜਿਵੇਂ ਮੈਨੂੰ ਸੁਖਮਨ ਬਾਈ ਨੇ ਦੱਸਿਆ ਸੀਗਾ ਸਭ ਕੁਛ, ਯਾਨੀ ਕਿ ਆਪ ਕ੍ਰੀਏਟ ਵੀ ਕੀਤੇ ਆ ਜੋ ਜੋਬ ਲੈਟਰ ਦੇ ਵਿੱਚ ਹੈ ਨਹੀਂ ਸੀਗੀਆਂ, ਜੋ ਕਰਦੇ ਸੀਗੇ ਓਰੀਜਨਲੀ ਉਹ ਵੀ ਦੱਸੀ, ਜੋਬ ਲੈਟਰ ਦੇ ਵਿੱਚ ਸਾਰੀਆਂ ਮੈਨਸ਼ਨ ਨਹੀਂ ਸੀਗੀਆਂ ਜੀ। ਉਸ ਤੋਂ ਬਾਅਦ ਕਹਿੰਦੇ ਵੀ ਠੀਕ ਆ, ਅਤੇ ਮੈਨੂੰ ਇੱਦਾਂ ਕਰੋ ਤੁਸੀਂ ਫੋਟੋਆਂ ਦਿਖਾਓ। ਅਤੇ ਫੋਟੋਆਂ ਸਰ ਮੈਂ ਜਿਹੜੀਆਂ ਆਪਣੇ ਘਰ ਦੇ ਵਿੱਚ ਜਦੋਂ ਆਪਾਂ ਫੋਟੋਆਂ ਖਿੱਚਦੇ ਹੁੰਦੇ, ਫੋਰ ਐਗਜ਼ਾਮਪਲ ਰਸੋਈ ਦੇ ਵਿੱਚ ਖਿੱਚ ਲਈਆਂ, ਰੋਟੀ ਖਾਂਦੇ ਦੀਆਂ ਫੋਰ ਐਗਜ਼ਾਮਪਲ, ਪਲੇਟ ਫੜੀ ਹੋਈ ਆ, ਵਾਈਫ ਪਕਾ ਰਹੇ ਹਾਂ, ਇੱਦਾਂ ਕਰਕੇ ਵਧੀਆ ਦੇਖੀਆਂ ਉਹਨੇ, ਪੁੱਛਿਆ ਵੀ ਇਹ ਖਿੱਚਣ ਕਿੱਥੋਂ ਦੀ ਆ? ਮੈਂ ਕਿਹਾ ਜੀ ਆਪਣੇ ਘਰ ਦੀ ਆ। ਓਕੇ, ਵਾਰੀ ਵਾਰੀ ਪਲਟੀ ਗਏ। ਫਿਰ ਇੱਕ ਮੇਰੀ ਅਸੀਂ ਫੈਮਿਲੀ ਬੈਠੇ ਸੀਗੇ, ਇਹ ਕੌਣ ਆ, ਕਿੱਥੋਂ ਦੇ ਆ? ਮੈਂ ਕਿਹਾ ਜੀ ਮੇਰੇ ਮਾਸੀ ਜੀ ਦਾ ਘਰ ਆ। ਓਕੇ, ਆਲ ਰਾਈਟ ਆ।
ਓਕੇ ਕਹਿੰਦੇ ਵੀ ਹੋਰ ਮੈਂ ਕਿਹਾ ਵੀ ਕਹਿੰਦੇ ਐਲਬਮ ਦਿਖਾ ਮੈਨੂੰ ਮੈਂ ਕਿਹਾ ਜੀ ਐਲਬਮ ਮੈਂ ਜੀ ਲੈ ਕੇ ਗਿਆ ਸੀ ਸਿਰਫ 20 ਕਿਲੋ ਵਾਲਾ ਅਟੈਚ ਜੀ ਉਹ ਮੈਨੂੰ ਨਹੀਂ ਲੱਗਦਾ ਉੱਥੇ ਹੋ ਗਿਆ ਵੀ ਸਪੋਜ਼ ਸੁਬਾਹ ਦਿਖਾ ਸਕਦਾ ਜੀ ਤੇ ਜਦੋਂ ਮੈਂ ਐਲਬਮਸ ਕਰਨੀ ਆ ਐਲਬਮਸ ਮੇਰੇ ਕੋਲ ਦੋ ਸੀਗੀਆਂ ਤੇ ਮੈਂ ਕਿਹਾ ਕਿਹੜੀ ਦਿਖਾਵਾਂ ਜੀ ਉਹ ਕਹਿੰਦੇ ਫੋਟੋਆਂ ਬਸ ਆਨੰਦ ਕਾਰਜ ਦੀਆਂ ਫੋਟੋਆਂ ਦੇਖ ਲਈਆਂ ਤੇ ਉਹਦੇ ਵਿੱਚ ਕਹਿੰਦੇ ਵੀ ਤੁਹਾਡੇ ਪੇਰੈਂਟਸ ਮੈਂ ਹਾਂਜੀ ਸਾਰੇ ਸੀਗੇ ਕਹਿੰਦੇ ਓਕੇ ਓਕੇ ਜੈਂਟਲਮੈਨ ਯੂ ਐਡ ਵੀ ਜ਼ੋਰ ਯੂ ਮੇ ਲੀਵ ਨਾਓ ਤੇ ਤੁਹਾਨੂੰ ਆਪਣੇ ਈਮੇਲ ਮਿਲ ਜੂਗੀ ਮੈਨੂੰ ਲੱਗਦਾ ਵੀ 4 ਵੀਕ ਕਿਹਾ ਸੀ ਉਹਨਾਂ ਨੇ ਹਾਂ ਠੀਕ ਹੈ ਜੀ ਦੈਟਸ ਇਟ ਮੈਂ ਬਾਈ ਕਿਆ ਕਿਆ ਹਾਲ ਹੋ ਗਿਆ ਵੈਸੇ ਹੈ ਬੜਾ ਸੌਖਾ ਸੌਖਾ ਕੰਮ ਹੋ ਗਿਆ ਵੈਸੇ ਹੈ ਸੌਖਾ ਸਰ ਮੈਂ ਤਾਂ ਕ੍ਰੈਡਿਟ ਤੁਹਾਨੂੰ ਤੁਹਾਡੀ ਟੀਮ ਨੂੰ ਸੁਖਮਨ ਬਾਈ ਨੂੰ ਦੇਣਾ ਚਾਹੂੰਗਾ ਜੀ ਬਹੁਤ ਲਾਈਕ ਵਧੀਆ ਰਿਹਾ ਜੀ ਐਕਸਪੀਰੀਅੰਸ ਇਹ ਤੇ ਐਕਚੁਅਲੀ ਇਹ ਤੇ ਸ਼ਾਬਾਸ਼ੀ ਤੁਹਾਡੀ ਹੈ ਤੁਸੀਂ ਤਿਆਰੀ ਕਰਕੇ ਗਏ ਹੋ ਕਿਉਂਕਿ ਦੇਖੋ ਦੱਸਦੇ ਤਾਂ ਹੁੰਦੇ ਸਾਰਿਆਂ ਨੂੰ ਕਿ ਵੀ ਇਸ ਤਰ੍ਹਾਂ ਕਰ ਲਓ ਇਸ ਤਰ੍ਹਾਂ ਕਰ ਲਓ ਇਸ ਤਰ੍ਹਾਂ ਡਾਕੂਮੈਂਟ ਕਰ ਲਓ ਕਈ ਲੋਕ ਇਹਨੂੰ ਸੀਰੀਅਸਲੀ ਲੈਂਦੇ ਨਹੀਂ ਉਹ ਕਹਿੰਦੇ ਜੀ ਸਾਨੂੰ ਸਾਰਾ ਪਤਾ ਜੀ ਸਾਡਾ ਜੈਨੂਅਨ ਹੀ ਕੰਮ ਹੈ ਜੈਨੂਅਨ ਦਾ ਜਿਹੜੇ ਨਾਪ ਤੋਂ ਲਿਆ ਉਹਨੇ ਵੀਜ਼ਾ ਅਫਸਰ ਨੇ ਕਰਨੀ ਹੈ ਆਪਾਂ ਨਹੀਂ ਕਰ ਸਕਦੇ ਕਿ ਵੀ ਜੈਨੂਅਨ ਹੈ ਕਿ ਨਹੀਂ ਹੈ ਉਹ ਫਿਰ ਉਹ ਜੱਜ ਕਰਦੇ ਆ ਜੈਨੂਅਨ ਜਿਸ ਤਰ੍ਹਾਂ ਤੁਸੀਂ ਗੱਲਬਾਤ ਕਰਦੇ ਨਾ ਜਿਹੜਾ ਹਾਈਟ ਕੀਤੀ ਹੈ ਜੀ ਪਲੇਟ ਫੜੀ ਹੋਈ ਹੈ ਉਹ ਸਾਰਾ ਉਹ ਤੋਂ ਉਹ ਦੇਖ ਕੇ ਜੈਨੂਅਨਸ ਪਤਾ ਲੱਗਦੀ ਹੈ ਹਾਂਜੀ ਹਾਂਜੀ ਬਾਕੀ ਜਿਹੜੇ ਹੋਰ ਲੋਕ ਵੀਜ਼ਾ ਇੰਟਰਵਿਊ ਲਈ ਉਡੀਕ ਕਰ ਰਹੇ ਹੈ ਜਿਨ੍ਹਾਂ ਦੀ ਇੰਟਰਵਿਊ ਆ ਗਿਆ ਆ ਰਿਹਾ ਉਹਨਾਂ ਲਈ ਕੀ ਤੁਸੀਂ ਕੋਈ ਸਟਰੋਂਗ ਕੋਈ ਐਡਵਾਈਸ ਉਹਨਾਂ ਲਈ ਕੀ ਹੈ ਕਿ ਕਿਵੇਂ ਕਿਵੇਂ ਉਹ ਤਿਆਰੀ ਕਰ ਸਕਦੇ ਹੈ ਤਿਆਰੀ ਤਾਂ ਸਰ ਪਹਿਲਾਂ ਤਾਂ ਤੁਹਾਡੀਆਂ ਵੀਡੀਓਜ਼ ਦੇਖਣ ਮੈਂ ਤਾਂ ਸੱਚ ਜਾਣਿਓ ਜੀ ਤੁਹਾਡੇ ਨਾਲ ਕੰਸਲਟ ਕਰਨ ਤੋਂ ਪਹਿਲਾਂ ਤੁਹਾਡੀਆਂ ਜਿੰਨੀਆਂ ਵੀ ਇੰਟਰਵਿਊ ਦੇ ਰਿਗਾਰਡਿੰਗ 15-16 ਵੀਡੀਓ ਸੀਗੀਆਂ ਮੈਂ ਕਾਪੀ ਚੱਕੀ ਪੈਨ ਚੱਕਿਆ ਉਹਦਾ ਕੁਐਸਚਨ ਆਨਸਰ ਲੱਭੇ ਆਨਸਰ ਆਪਦੇ ਆਪ ਨੂੰ ਦਿੱਤਾ ਫਿਰ ਤੁਹਾਡੇ ਨਾਲ ਕੰਸਲਟ ਕੀਤਾ ਲਾਈਕ ਮੈਂ ਕਹਿਣਾ ਚਾਹੂੰਗਾ ਵੀ ਮੈਨੂੰ ਜੇ ਆਪਾਂ ਕਹੀਏ ਵੀ ਸਾਰਾ ਸਿਲੇਬਸ ਪੜ੍ਹਾਤਾ ਸੀਗਾ ਉਹਦੇ 'ਚੋਂ ਜਦੋਂ ਮੇਰਾ ਇੰਟਰਵਿਊ ਹੋਇਆ ਮੈਨੂੰ ਇਹ ਲੱਗਿਆ ਵੀ ਅੱਛਾ ਇਹ ਇੰਟਰਵਿਊ ਸੀਗਾ ਇਹਦੇ ਪਿੱਛੇ ਮੈਂ ਡਰ ਰਿਹਾ ਸੀ ਇਹ ਗੱਲ ਸੀਗੀ ਚਲੋ ਇਹ ਵੀ ਤੁਹਾਡਾ ਇੰਟਰਵਿਊ ਵੀ ਲੋਕ ਦੇਖ ਰਹੇ ਹੈ ਲੋਕਾਂ ਨੇ ਦੇਖਣਾ ਜ਼ਰੂਰ ਹੈ ਅਤੇ ਸ਼ਾਇਦ ਉਹਨਾਂ ਨੂੰ ਵੀ ਕੁਛ ਰਾਹ ਕੁਛ ਲੱਭੇ ਜੀ ਵੀ ਇਸ ਤਰ੍ਹਾਂ ਕੁਐਸਚਨ ਇਹ ਆਉਣਗੇ ਇਸ ਤਰ੍ਹਾਂ ਯੂ ਨੋ ਵਟ ਐਵਰ ਜਿਸ ਤਰ੍ਹਾਂ ਕੰਪੈਰਟਿਵ ਆਈ ਥਿੰਕ ਵਨ ਆਫ ਦਾ ਇੰਪੋਰਟੈਂਟ ਥਿੰਗ ਜਿਹੜਾ ਤੁਸੀਂ ਕਿਹਾ ਕਿ ਬਈ ਹਸਬੈਂਡ ਵਾਈਫ ਵਿੱਚ ਕਾਮਨ ਚੀਜ਼ ਕੀ ਹੈ ਕੰਪੈਰਟੇਬਿਲਟੀ ਫੈਕਟਰ ਕੀ ਹੈ ਆਹ ਇੱਕ ਨਵੀਂ ਚੀਜ਼ ਜਿਹੜੀ ਤੁਸੀਂ ਦੱਸੀ ਨੋਰਮਲੀ ਬਾਕੀ ਇੰਟਰਵਿਊ ਵਿੱਚ ਇੰਨਾ ਜ਼ਿਆਦਾ ਉਹਨੂੰ ਟੱਚ ਨਹੀਂ ਕਰਦੇ ਕਿਉਂਕਿ ਹੋਰ ਵੀ ਮਤਲਬ ਕਿਉਂਕਿ ਤੁਹਾਡਾ ਜਿਹੜਾ ਪਹਿਲੀ ਵਾਰ ਸੀ ਨਾ ਸਪਾਊਸ ਵੀ ਤੁਹਾਡਾ ਕੋਈ ਰਿਫਿਊਜ਼ ਨਹੀਂ ਹੋਇਆ ਸੋ ਕੰਪੈਟੀਬਿਲਟੀ ਬਾਰੇ ਇੰਨਾ ਪੁੱਛਦੇ ਨਹੀਂ ਪਰ ਦਿਸ ਇਜ਼ ਵੈਰੀ ਇੰਪੋਰਟੈਂਟ ਮੈਂ ਤੁਸੀਂ ਵੀ ਮੈਨੂੰ ਕੁਛ ਸਿਖਾ ਰਹੇ ਹੋਗੇ ਵੀ ਯਾਰ ਕੁਐਸਚਨ ਪੁੱਛਿਆ ਜਾ ਸਕਦਾ ਕਿ ਵੀ ਕੰਪੈਟੀਬਿਲਟੀ ਤੁਹਾਡੇ 'ਚ ਹਸਬੈਂਡ ਵਾਈਫ 'ਚ ਕੀ ਹੈ ਮੈਨੂੰ ਸੁਖਮਨ ਸਰ ਨੇ ਸਿਖਾਇਆ ਬਟ ਦੈਟਸ ਗੁੱਡ 100% ਆਈ ਗਿਵ ਫੁੱਲ ਕ੍ਰੈਡਿਟ ਟੂ ਹਿਮ ਐਂਡ ਕੰਪੈਟੀਬਿਲਟੀ ਫੈਕਟਰ ਤਾਂ ਦੇਖੋ ਹੈ ਹੀ ਹੈ ਜ਼ਰੂਰ ਮਤਲਬ ਕਿ ਰਿਸ਼ਤਾ ਤਾਂ ਭਾਵੇਂ ਜਿਸ ਤਰ੍ਹਾਂ ਅਰੇਂਜ ਮੈਰਿਜ ਹੁੰਦੀ ਹੈ ਜਿਸ ਭਾਵੇਂ ਵਿਚੋਲੇ ਨੇ ਮੈਰਿਜ ਕਰਾਈ ਹੈ ਲੇਕਿਨ ਉਹ ਕਰਾਉਣ ਦਾ ਕੋਈ ਮਕਸਦ ਹੋਏਗਾ ਜਾਂ ਤਾਂ ਸੇਮ ਬੈਕਗਰਾਊਂਡ ਹੋਏਗਾ ਜਾਂ ਸੇਮ ਰਿਲੀਜਨ ਹੋਏਗੀ ਸੇਮ ਕਾਸਟ ਹੋਏਗਾ ਜਾਂ ਸੇਮ ਐਜੂਕੇਸ਼ਨ ਹੋ ਸਕਦੀ ਹੈ ਸੇਮ ਇਨਕਮ ਲੈਵਲ ਹੋ ਸਕਦੀ ਆਹੀ ਹੈ ਕੰਪੈਟੀਬਿਲਟੀ ਫੈਕਟਰ ਹਾਂਜੀ ਉਹਨਾਂ ਨੇ ਪੁੱਛਿਆ ਵੀ ਸੀਗਾ ਜੀ ਤੁਹਾਡਾ ਰਿਸ਼ਤਾ ਕਿੰਨਾ ਕਰਾਇਆ ਮੈਂ ਦੱਸਿਆ ਪਰ ਉਹ ਕਹਿੰਦੇ ਵੀ ਅੱਛਾ ਤੁਸੀਂ ਰਿਸ਼ਤੇ ਦੀ ਹਾਂ ਕਦੋਂ ਕੀਤੀ ਫਿਰ ਮੈਂ ਉਹ ਪੁਆਇੰਟ ਟੂ ਪੁਆਇੰਟ ਗੱਲ ਕਰਦੀ ਸੀ ਕਹਿੰਦੀ ਜਿੰਨਾ ਮੈਂ ਪੁੱਛਾਂ ਉਨਾ ਹੀ ਜਵਾਬ ਦੇਣਾ ਬਾਬਾ ਬੈ ਰੁਕ ਜਾ ਮੈਂ ਕਈ ਵਾਰ ਆਪਣੀ ਟ੍ਰੇਨਿੰਗ ਵਿੱਚ ਵੀ ਕਈ ਵਾਰ ਮੈਂ ਕੰਸਲਟੇਸ਼ਨ ਕਰਦਾ ਲੋਕਾਂ ਨੂੰ ਅਤੇ ਕਈ ਵਾਰ ਮੈਂ ਉਹਨਾਂ ਨੂੰ ਪੁੱਛਦਾ ਕਿ ਵੀ ਦੱਸੋ ਤੁਸੀਂ ਕਦੋਂ ਮਿਲੇ ਸੀ ਆਪਣੇ ਵਾਈਫ ਨੂੰ ਉਹ ਫਿਰ ਲੰਬੀ ਕਹਾਣੀ ਸ਼ੁਰੂ ਕਰ ਦਿੰਦੀ ਜੀ ਮੈਂ ਉੱਥੋਂ ਗਿਆ ਜੀ ਇੱਧਰ ਕੇ ਮੈਂ ਕਿਹਾ ਵੀ ਬ੍ਰਦਰ ਮੈਂ ਪੁੱਛਿਆ ਡੇਟ ਦੱਸੋ ਮੈਨੂੰ ਬਸ ਮਹੀਨਾ ਦਿਨ ਐਂਡ ਸਾਲ ਅਤੇ ਤੁਸੀਂ ਵੀ ਇਹ ਕਨਫਰਮ ਕਰਤਾ ਕਿ ਵੀ ਵੀਜ਼ਾ ਅਫਸਰ ਵੀ ਐਕਸਪੈਕਟ ਕਰਦੇ ਕਿ ਵੀ ਜਿੰਨਾ ਪੁੱਛਿਆ ਜਾਏ ਉਨਾ ਜਵਾਬ ਦਿਓ ਇਸ ਤੋਂ ਜ਼ਿਆਦਾ ਨਹੀਂ ਸਰ ਇਹ ਸੀ ਨਾ ਜੀ ਗੱਲ ਮੇਰੇ ਸਭ ਤੋਂ ਵੀਕ ਪੁਆਇੰਟ ਕੀ ਸੀ ਸਟੇਜ ਸ਼ੋਰਟ ਸੀਗੀ ਜਦੋਂ ਵਿਆਹ ਹੋਇਆ 15-20 ਦਿਨਾਂ ਦੀ ਸੀਗੀ ਤੇ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਸੀ ਕੋਵਿਡ ਦੇ ਜਦੋਂ ਕੋਵਿਡ ਇੰਡੀਆ ਦੇ ਆਪਣੇ ਆਲ ਓਵਰ ਦਾ ਵਰਲਡ ਹੋਇਆ ਇੰਡੀਆ ਦੇ ਵਿੱਚ ਫਲਾਈਟਸ ਬੰਦ ਹੋਈਆਂ ਮੈਂ ਉਦੋਂ ਆਲਰੇਡੀ 2 ਟਿਕਟਸ ਮੇਰੀਆਂ ਵਾਈਫ ਦੀਆਂ ਕਰਾ ਕੇ ਕੈਂਸਲ ਹੋ ਗਈਆਂ ਸੀਗੀਆਂ ਉਹ ਮੇਰੇ ਲਈ ਬਹੁਤ ਵੱਡਾ ਪੋਜ਼ਿਟਿਵ ਪੁਆਇੰਟ ਸੀਗਾ ਕਿਉਂਕਿ ਅਸੀਂ ਉਦੋਂ ਨਹੀਂ ਰਹਿ ਸਕੇ ਤਾਂ ਅਸੀਂ ਅਗਲੇ ਸਮੈਸਟਰ ਵਾਲੇ ਹੀ ਅਫੀਸ਼ੀਅਲ ਡਰੋਪ ਲੈ ਕੇ ਉਹਨਾਂ ਨੂੰ ਵਾਪਸ ਸੱਦਣਾ ਚਾਹਿਆ ਬਟ ਉਹਨਾਂ ਨੇ ਇਹ ਵੀ ਨਹੀਂ ਗੱਲ ਸੁਣੀ ਜੀ ਮੈਂ ਕਿਹਾ ਤਾਂ ਫਿਰ ਉਹਨਾਂ ਨੇ ਜਦੋਂ ਆਪਾਂ ਉੱਥੋਂ ਹੀ ਕੰਟੀਨਿਊ ਕਰਦੇ ਹਾਂ ਉਹ ਕਹਿੰਦੇ ਵੀ ਉਦੋਂ ਫਿਰ ਤੂੰ ਕੀ ਕਰਦਾ ਸੀਗਾ ਜਦੋਂ ਤੂੰ ਰਿਸ਼ਤੇ ਲਈ ਹਾਂ ਕੀਤੀ ਫਿਰ ਮੈਂ ਵਿੱਚੋਂ ਪੁਆਇੰਟ ਲੱਭਿਆ ਮੈਂ ਕਿਹਾ ਜੀ ਹਨੀਮੂਨ ਤਾਂ ਆਸਟ੍ਰੇਲੀਆ ਸੀਗਾ ਮੈਂ ਉਦੋਂ ਹਾਂ ਕੀਤੀ ਸੀਗੀ
ਉਹ ਕਿ ਤੁਸੀਂ ਆਸਟ੍ਰੇਲੀਆ ਕੀ ਕਰਦੇ ਸੀਗੇ ਮੈਂ ਕਿਹਾ ਆਸਟ੍ਰੇਲੀਆ ਮੇਰੇ ਕਜ਼ਨ ਦੀ ਵੈਡਿੰਗ ਸੀਗੀ ਮੈਂ ਉੱਥੇ ਗਿਆ ਸੀਗਾ ਆਸਟ੍ਰੇਲੀਆ ਦਾ ਦਾਣਾ ਪਾਣੀ ਤੁਸੀਂ ਦੇਖ ਲਿਆ ਹੁਣ ਜਾ ਕੇ ਕੈਨੇਡਾ ਦੇਖਣਾ ਜਾ ਕੇ ਕੰਪੇਅਰ ਕਰਕੇ ਦੱਸਿਓ ਕਿ ਕਿਵੇਂ ਤੁਸੀਂ ਆਸਟ੍ਰੇਲੀਆ ਵਧੀਆ ਹੈ ਕਿ ਵੀ ਕੈਨੇਡਾ ਵਿੱਚ ਕੋਈ ਪਲੱਸ ਹੈ ਕਿ ਨਹੀਂ ਹੈ ਤੁਹਾਨੂੰ ਪਤਾ ਲੱਗ ਜਾਏਗਾ ਬਾਕੀ ਪੈਸੇ ਜਿੰਨੇ ਵੀ ਤੁਸੀਂ ਪੈਸੇ ਖਰਚੇ ਹੈ ਜਿਹੜੇ ਇੰਟਰਵਿਊ ਟ੍ਰੇਨਿੰਗ ਲਈ ਉਹ ਮਤਲਬ ਕਾਮਯਾਬ ਹੋ ਗਏ ਕਿ ਨਹੀਂ ਹੈ ਮਤਲਬ ਫੀਲ ਤਾਂ ਨਹੀਂ ਹੋ ਗਿਆ ਕਿ ਵੀ ਪੈਸੇ ਚਲੇ ਗਏ ਮੇਰੇ ਇੰਟਰਵਿਊ 'ਤੇ ਵੀਜ਼ਾ ਕਿਤੇ ਮਿਲਿਆ ਨਹੀਂ ਲੋਕ ਕਈ ਵਾਰ ਸੋਚਦੇ ਕਿ ਵੀ ਆਹ ਲਓ ਜੀ ਅੱਛਾ ਇੱਕ ਗੱਲ ਹੋਰ ਹੈ ਕਿ ਵੀ ਨੋਰਮਲੀ ਜਿਹੜੇ ਸਪਾਊਸ ਵੀਜ਼ਾ ਐਪਲੀਕੇਸ਼ਨ ਹੈ ਕਿਉਂਕਿ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਸਪਾਊਸ ਵੀਜ਼ਾ ਐਪਲੀਕੇਸ਼ਨ ਲੋਕ ਕਿਸੇ ਹੋਰ ਤੋਂ ਸ਼ੁਰੂ ਕਰਦੇ ਹੈ ਜਿਹੜੇ ਟਰੈਵਲ ਏਜੰਟ ਹੋ ਜਾਂ ਕੰਸਲਟੈਂਟ ਹੋ ਜਾਂ ਈਵਨ ਲੋਇਰਸ ਹੋ ਪਰ ਉਹ ਇੰਟਰਵਿਊ ਟ੍ਰੇਨਿੰਗ ਲਈ ਫਿਰ ਸਾਡੇ ਕੋਲ ਆਉਂਦੇ ਮੈਂ ਉਹਨਾਂ ਨੂੰ ਪੁੱਛਦਾ ਕਿ ਵੀ ਤੁਹਾਡੇ ਕੰਸਲਟੈਂਟ ਨੇ ਜਿੰਨੀ ਨੇ ਫਾਈਲ ਲਾਈ ਹੈ ਉਹਨਾਂ ਕੋਲ ਟਾਈਮ ਨਹੀਂ ਹੈ ਉਹਨਾਂ ਕੋਲ ਵਿਹਲ ਨਹੀਂ ਹੈ ਕਿ ਵੀ ਤੁਹਾਨੂੰ ਇੰਟਰਵਿਊ ਟ੍ਰੇਨਿੰਗ ਕਹਿੰਦੇ ਜੀ ਉਹ ਇੰਟਰਵਿਊ ਟ੍ਰੇਨਿੰਗ ਕਰਦੇ ਨਹੀਂ ਆ ਨਾ ਉਹਨਾਂ ਨੂੰ ਪਤਾ ਉਹ ਕਹਿੰਦੇ ਇੰਟਰਵਿਊ ਦੀ ਲੋੜ ਹੀ ਨਹੀਂ ਤੁਸੀਂ ਪਾਸਪੋਰਟ ਲੈ ਕੇ ਚਲੇ ਜਾਓ ਬਸ ਤੁਸੀਂ ਤੁਸੀਂ ਫਾਈਲ ਕਿੱਥੋਂ ਲਗਵਾਈ ਸੀ ਕਿਸੇ ਲੋਇਰ ਤੋਂ ਲਗਵਾਈ ਸੀ ਆਪਣੇ ਆਪ ਹੀ ਸਰ ਲੋਇਰ ਤੋਂ ਵੀ ਮੈਂ ਕਿਵੇਂ ਫਾਈਲ ਲਵਾਈ ਜੀ ਆਪਣੀ ਗੱਲ ਹੋਈ ਸੀਗੀ 2 ਸਾਲ ਪਹਿਲਾਂ ਅੱਛਾ ਉਦੋਂ ਕੀ ਹੋਇਆ ਸੀਗਾ ਵੀ ਉਦੋਂ ਤੁਸੀਂ ਕਹਿੰਦੇ ਸੀਗੇ ਵੀ ਤੇਰੀ ਵਾਈਫ ਆਪਾਂ ਹਜੇ ਕੇਸ ਨਹੀਂ ਲਾਵਾਂਗੇ ਵੀ ਵੇਟ ਕਰਨੀ ਪੈਣੀ ਜਦ ਤੱਕ ਤੇਰੀ ਵਾਈਫ ਨਹੀਂ ਆਉਂਦੇ ਮੇਰੇ ਵਾਈਫ ਕਹਿੰਦੇ ਫਾਈਲ ਲਾਉਣੀ ਲਾਉਣੀ ਆ ਫਿਰ ਮੈਂ ਤੁਹਾਡੇ ਤੋਂ ਜੋ ਚੈੱਕ ਲਿਸਟ ਸੀਗੀ ਉਸ ਦੇ ਮੁਤਾਬਿਕ ਤਿਆਰ ਕਰ ਲਈ ਜੀ ਤਿਆਰ ਤੱਕ ਸਰ ਕਰ ਲਈ ਫਾਈਲ ਉਹ 4 MB ਦੇ ਵਿੱਚ ਕੰਪਰੈਸ ਨਹੀਂ ਜੀ ਹੁੰਦੀ ਕਿਉਂਕਿ ਬਹੁਤ ਜ਼ਿਆਦਾ ਡਾਕੂਮੈਂਟ ਸੀ ਮੇਰੇ ਅੱਗੇ ਜਿਹੜਾ LMIA ਦੇ ਡਾਕੂਮੈਂਟਸ ਵਿੱਚ ਲਾਉਣੇ ਜ਼ਰੂਰੀ ਸੀਗੇ ਉਹ ਜੀ ਚਲੋ ਐਨੀ ਉਹ ਤਿਆਰ ਕੀਤੀ ਤਿਆਰ ਕਰਕੇ ਮੈਂ ਕਿਸੇ ਏਜੰਟ ਨੂੰ ਦੇ ਦਿੱਤੀ ਮੈਂ ਕਿਹਾ ਲਾਉਣੀ ਤਾਂ ਆਉਂਦੀ ਨਹੀਂ ਸੀ ਨਾ ਆਪਾਂ ਰਿਸਕ ਲੈ ਸਕਦੇ ਕਿ ਇੱਥੇ ਪੈਸਾ ਨਹੀਂ ਮੈਟਰ ਕਰਦਾ ਐਂ ਹੁੰਦਾ ਵੀ ਜੇ ਰਿਫਿਊਜ਼ਲ ਆ ਗਈ ਤਾਂ ਤੁਸੀਂ 2 ਸਾਲ ਪਿੱਛੇ ਹੋਰ ਚਲੇ ਜਾਓਗੇ ਤਾਂ ਮੈਨੂੰ ਚਲੋ ਐਨੀ ਉਹਨੇ ਫਾਈਲ ਲਾ ਤੀ ਬਟ ਮੈਨੂੰ ਸ਼ਾਇਦ ਉਹ ਦੁਖਦੇ ਆ ਕਿਤੇ ਨਾ ਕਿਤੇ ਇਹ ਨਹੀਂ ਦੁਖਦੇ ਪੈਸੇ ਜਿਹੜੇ ਤੁਹਾਨੂੰ ਦਿੱਤੇ ਆ ਬਗੈਰ ਜਾਂਦੇ ਫਿਰ ਕਿਵੇਂ ਤੁਹਾਨੂੰ ਲੱਗਦਾ ਸੀ ਕਿਵੇਂ ਤੁਸੀਂ ਫੇਸ ਕਰ ਸਕਦੇ ਸੀ ਉਹ ਕੁਐਸਚਨਸ ਸਰ ਮੈਂ ਮੇਰਾ ਪਹਿਲਾਂ ਐਕਸਪੀਰੀਅੰਸ ਇੰਟਰਵਿਊ ਦਾ ਰਿਹਾ ਮੈਂ ਇੰਟਰਵਿਊ ਤੋਂ ਹੀ ਰਿਜੈਕਟ ਹੋਇਆ ਸੀਗਾ ਜਦੋਂ ਵਰਕ ਵੀਜ਼ਾ ਸੀਗਾ ਸੋ ਮੈਂ ਤਾਂ ਹੈਲੋ ਹਾਂਜੀ ਹਾਂਜੀ ਤੁਹਾਡੀ ਕਾਲ ਆ ਗਈ ਤੁਹਾਡੀ ਕਾਲ ਆ ਰਹੀ ਕਾਲ ਕੱਟ ਦਿਓ ਉਧਰ ਦੀ ਕਾਲ ਆ ਰਹੀ ਦਾ ਵੀਡੀਓ ਕੱਟ ਦਿਓ ਹਾਂਜੀ ਆਪਾਂ ਕੀ ਗੱਲ ਕਰ ਰਹੇ ਸੀ ਜੀ ਹਾਂ ਆਪਾਂ ਮੈਂ ਤੁਹਾਨੂੰ ਇਹ ਪੁੱਛਦਾ ਸੀ ਕਿ ਵੀ ਜੇਕਰ ਇੰਟਰਵਿਊ ਦੀ ਕੋਚਿੰਗ ਜਾਂ ਪ੍ਰੈਕਟਿਸ ਕੀਤੇ ਬਗੈਰ ਅਗਰ ਤੁਸੀਂ ਇੰਟਰਵਿਊ ਪਹੁੰਚਦੇ ਤੇ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਸੀ ਕਿ ਵੀ ਕੁਐਸਚਨਸ ਨੂੰ ਸਹੀ ਤਰੀਕੇ ਨਾਲ ਤੁਸੀਂ ਫੇਸ ਕਰ ਸਕਦੇ ਸੀ ਕਿ ਨਹੀਂ ਮੈਂ ਨਹੀਂ ਮੰਨਦਾ ਜੀ ਕਿਉਂਕਿ ਮੇਰੀ ਪਹਿਲਾਂ ਵੀ ਇੰਟਰਵਿਊ ਦੇ ਉੱਤੇ ਫਾਈਲ ਰਿਜੈਕਟ ਹੋਈ ਹੋਈ ਆ ਪਰ ਤੂੰ ਉਸ ਕੱਢ ਦਿੰਦੇ ਆ ਜੀ ਹਾਂ ਨਹੀਂ ਨਹੀਂ ਮੈਂ 1% ਵੀ ਰਿਸਕ ਨਹੀਂ ਲੈ ਸਕਦਾ ਸੀਗਾ ਨਹੀਂ ਜਦੋਂ ਜਿੱਦਣ ਸਰ ਮੇਰੀ ਇੰਟਰਵਿਊ ਆਈ ਮੇਰੇ ਮਾਈਂਡ ਦੇ ਵਿੱਚ ਆਇਆ ਅਮਰਜੋਤ ਸਰ ਨਾਲ ਕੰਸਲਟ ਕਰਦੇ ਹਾਂ ਉਦਣ ਹੀ ਲਾਈਕ ਆਪਾਂ ਗੱਲ ਹੋਈ ਮੈਨੂੰ ਲੱਗਦਾ 1-2 ਦਿਨਾਂ 'ਚ ਜੀ ਚਲੋ ਹੇ ਥੈਂਕ ਯੂ ਵੈਰੀ ਮੱਚ ਤੁਸੀਂ ਆਪਣੇ ਬਿਜ਼ੀ ਸ਼ਡਿਊਲ ਤੋਂ ਤੁਸੀਂ ਟਾਈਮ ਕਰਕੇ ਤੁਸੀਂ ਕਾਲ ਵੀ ਕੀਤਾ ਅਤੇ ਨਾਲ ਆਪਣਾ ਕੰਟਰੀਬਿਊਸ਼ਨ ਵੀ ਦਿੱਤਾ ਆਪਣਾ ਓਪੀਨੀਅਨ ਦੇ ਬਾਰੇ ਅਤੇ ਮੇਰੀ ਬਲੈਸਿੰਗ ਤੁਹਾਡੇ ਨਾਲ ਹੈ ਤੁਸੀਂ ਜਾਓਗੇ ਕੈਨੇਡਾ ਤੁਹਾਡਾ ਪਾਸਪੋਰਟ ਆ ਜਾਏਗਾ ਮੇ ਬੀ 2 ਹਫ਼ਤੇ ਤੱਕ ਅਤੇ ਉਹਦੇ ਬਾਅਦ ਤੁਸੀਂ ਟਿਕਟ ਕਟਾਓ ਅਤੇ ਆਪਣੇ ਕੈਨੇਡਾ ਪਹੁੰਚੋ ਅਤੇ ਜਾ ਕੇ ਆਪਣੀ ਤਰੱਕੀਆਂ ਕਰੋ ਅਤੇ ਜਾ ਕੇ PR ਲਓ ਥੈਂਕ ਯੂ ਸਰ ਥੈਂਕ ਯੂ ਸੋ ਮਚ ਜੀ ਠੀਕ ਹੈ ਥੈਂਕ ਯੂ ਗੁਰਸੇਵ ਸਤਿ ਸ਼੍ਰੀ ਅਕਾਲ ਸਰ ਓਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ